ਜਿਵੇਂ ਅੱਜ ਪਤਾ ਲੱਗਿਆ ਜੀ ਜਿਹੜਾ ਗਗਨਦੀਪ ਸਿੰਘ ਨਾਂ ਦਾ ਮੁੰਡਾ ਇਹ ਕੁੜੀ ਨੂੰ ਕਿਡਨੈਪ ਕਰਕੇ ਸਕੂਲ ਦੇ ਵਿੱਚੋਂ ਲੈ ਕੇ ਗਿਆ ਸੀਗਾ ਉਹ ਇੱਥੋਂ ਰੋਡਵੇਜ਼ ਬੱਸ ਰਾਹੀਂ ਗਏ ਆ ਜਦੋਂ ਕੰਡਕਟਰ ਨੂੰ ਪਤਾ ਲੱਗਿਆ ਵੀ ਇਹ ਸਾਨੂੰ ਗਲਤ ਉਹੀ ਸਥਿਤੀ ਵਿੱਚ ਲੱਗਦੇ ਨੇਗੇ ਵੀ ਜਿਵੇਂ ਘਰੋਂ ਇਹ ਕਿਡਨੈਪ ਕਰਕੇ ਕੁੜੀ ਲਿਆਂਦੀ ਗਈ ਹੁੰਦੀ ਆ ਤਾਂ ਉਹਨਾਂ ਨੇ ਜਦੋਂ ਪੁੱਛਣ ਦੀ ਕੋਸ਼ਿਸ਼ ਕੀਤੀ ਕੁੜੀ ਨੂੰ ਵੀ ਤੂੰ ਹਮੀਦੀ ਪਿੰਡ ਦੇ ਤੁਸੀਂ ਤਾਂ ਉਹਨੇ ਉਸ ਗੱਲ 'ਤੇ ਉਹ ਕੁੜੀ ਦੇ ਵੀ ਕੁਛ ਨਾ ਕੁਛ ਕਿਉਂਕਿ ਪਤਾ ਨਹੀਂ ਕਿਹੜੀ ਹਾਲਾਤ ਦੇ ਵਿੱਚ ਸੀਗੇ ਕੁੜੀ ਦੇ ਕੀ ਉਹਦੇ ਵਿੱਚ ਉਹਨੇ ਪਾਇਆ ਹੋਇਆ ਸੀਗਾ ਘੋਲ ਕੇ ਉਹ ਨਾਲ ਦੇ ਪਿੰਡ ਅਜਨੌਦ ਪਿੰਡ ਦੇ ਵਿੱਚ ਜਾ ਕੇ ਅਜਨੌਦ ਕਲਾਂ ਦੇ ਵਿੱਚ ਲੈ ਗਿਆ ਉੱਥੇ ਲੋਕਾਂ ਦੇ ਮੁਤਾਬਕ ਮੈਨੂੰ ਲੱਗਦਾ ਵੀ ਉਹਦੀ ਮਾਸੀ ਲੱਗਦੀ ਸੀਗੀ ਜਦੋਂ ਉੱਥੇ ਪਿੱਛੇ ਉਹਨਾਂ ਨੇ ਕੰਡਕਟਰਾਂ ਨੇ ਇੱਕ ਬੰਦਾ ਜਾ ਕੇ ਭੇਜਿਆ ਸੀਗਾ ਉਹਨਾਂ ਨੇ ਜਾ ਕੇ ਜਦੋਂ ਜਾਣਕਾਰੀ ਦਿੱਤੀ ਪਿੰਡ ਦੇ ਵਿੱਚ ਤਾਂ ਲੋਕਾਂ ਦੇ ਹਲਚਲ ਮੱਚ ਗਈ ਅਤੇ ਮੈਂ ਵੀ ਉੱਥੇ ਜਾ ਕੇ ਜਦੋਂ ਅਜਨੌਦ ਕਲਾਂ ਦੇ ਵਿੱਚ ਜਾ ਕੇ ਅਤੇ ਕਾਫੀ ਗੱਡੀਆਂ ਲੈ ਕੇ ਜਦੋਂ ਜਾ ਕੇ ਪਿੰਡ ਦੇ ਉੱਥੇ ਹਾਲਾਤ ਦੇਖੇ ਤਾਂ ਕੁੜੀ ਨੂੰ ਦੋ ਕਮਰਿਆਂ ਦਾ ਉਹਨਾਂ ਦਾ ਘਰ ਸੀਗਾ ਅਤੇ ਉਹ ਤੂੜੀ ਵਾਲੇ ਘਰ ਦੇ ਅੰਦਰ ਕੁੜੀ ਨੂੰ ਬੰਨ੍ਹ ਕੇ ਯਾਨੀ ਕਿ ਇੱਥੇ ਤੱਕ ਇਹੋ ਜਿਹੇ ਹਾਲਾਤ ਸੀਗੇ ਤੂੜੀ ਇੰਨੀ ਬਦਬੋ ਮਾਰਦੀ ਸੀ ਇੰਨਾ ਉੱਥੇ ਗਰਮੀ ਸੀਗੀ ਜੇ ਕੁੜੀ 10-20 ਮਿੰਟ ਉੱਥੇ ਹੋਰ ਰੁਕ ਜਾਂਦੀ ਤਾਂ ਕੁੜੀ ਦੀ ਡੈਥ ਹੋ ਸਕਦੀ ਸੀਗੀ ਉਹਨਾਂ ਹਾਲਾਤਾਂ ਦੇ ਵਿੱਚ ਜਾ ਕੇ ਜਦੋਂ ਕੁੜੀ ਦੇ ਅੰਦਰ ਜਾ ਕੇ ਪਿੰਡ ਵਾਲਿਆਂ ਨੇ ਤਾਂ ਪੁਲਿਸ ਦੀ ਹਾਜ਼ਰੀ ਦੇ ਵਿੱਚ ਉੱਥੋਂ ਲਿਆਂਦਾ ਗਿਆ ਹੁਣ ਪੁਲਿਸ ਆਪਣੀ ਬਰਨਾਲਾ ਪੁਲਿਸ ਲੈ ਕੇ ਆਈ ਆ ਜਿਹਦਾ ਹੁਣ ਇੱਥੇ ਆਪਣਾ ਜਿਸ ਹਸਪਤਾਲ ਦੇ ਵਿੱਚ ਮੁਆਇਨਾ ਕੀਤਾ ਗਿਆ ਹੁਣ ਅੱਗੇ ਦੇਖੋ ਪੁਲਿਸ ਕਾਰਵਾਈ ਹੈ ਜੀ ਉਹ ਚੱਲ ਰਹੀ ਆ ਅਤੇ ਕੀ ਸਾਹਮਣੇ ਇਹੋ ਜਿਹੇ ਬੰਦਿਆਂ ਨੂੰ ਤਾਂ ਜੀ ਦੇਖੋ ਸਮਾਜ ਦੇ ਵਿੱਚ ਪਹਿਲੀ ਗੱਲ ਤਾਂ ਉਹਨੇ ਇੱਕ ਸਿੱਖੀ ਬਾਣੇ ਦੇ ਵਿੱਚ ਜਿਹੜੇ ਸਾਡੇ ਬਹੁਤ ਵੱਡਾ ਗੁਰੂ ਸਾਹਿਬ ਨੇ ਬਖਸ਼ੀ ਦਾਤ ਸੀਗੀ ਗੱਤਕੇ ਦੀ ਉਹ ਬੱਚਿਆਂ ਨੂੰ ਕਿੰਨੇ ਟਾਈਮ ਤੋਂ ਸਿਖਲਾਈ ਦਿੰਦਾ ਸੀ ਕਿੰਨਾ ਵੱਡਾ ਪਰਿਵਾਰ ਅਤੇ ਪਿੰਡ ਦਾ ਕਿੰਨੇ ਪਿੰਡਾਂ ਦੇ ਵਿੱਚੋਂ ਗੱਤਕਾ ਸਿਖਾ ਕੇ ਇਹ ਭਰੋਸਾ ਬਣਿਆ ਸੀ ਸਭ ਤੋਂ ਵੱਡੀ ਜਿਹੜੀ ਉਹਨੇ ਧਾਲ ਆਈ ਆ ਇਹ ਬਹੁਤ ਲੱਗੀ ਆ ਅਤੇ ਉਹੋ ਜਿਹੇ ਬੰਦੇ ਨੂੰ ਮੈਂ ਕਹਿੰਦਾ ਵੀ ਬਖਸ਼ਣਾ ਨਹੀਂ ਚਾਹੀਦਾ ਘੱਟੋ ਘੱਟ ਤਾਂ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਉਹਦੀ। ਅਮਰੀਤ ਕੌਰ ਸੀਗੀ ਲਾਪਤਾ ਔਰ ਜਿਹੜਾ ਗਗਨਦੀਪ ਸਿੰਘ ਉਹ ਲੈ ਗਿਆ ਸੀਗਾ ਅਤੇ ਉਹਨੂੰ ਅਜਨੌਦ ਖੁਰਦ ਥਾਣਾ ਬਖਸ਼ੀ ਵਾਲਾ ਜਿਹੜਾ ਪਟਿਆਲਾ ਦੇ ਵਿੱਚ ਉੱਥੋਂ ਸੁਖਵਿੰਦਰ ਕੌਰ ਸੁੱਖੋ ਵਾਈਫ ਆਫ ਹਾਕਮ ਸਿੰਘ ਦੇ ਘਰੋਂ ਉਹਨੂੰ ਰਿਕਵਰ ਕਰ ਲਿਆ ਜਿਹੜਾ ਦੋਸ਼ੀ ਆ ਮੌਕਾ ਤੋਂ ਭੱਜ ਗਿਆ ਪੀੜਤ ਨੂੰ ਉਹ ਕਰ ਲਿਆ ਅਤੇ ਸੈਕਿੰਡ ਜਿਹੜੀ ਸੁਖਵਿੰਦਰ ਕੌਰ ਸੀਗੀ ਉਹਨੂੰ ਅਰੈਸਟ ਕਰ ਲਿਆ। ਇਸ ਹਾਲਾਤ ਇਹ ਸਾਨੂੰ ਇਨਫੋਰਮੇਸ਼ਨ ਆਈ ਸੀ ਸੀਕ੍ਰੇਟ ਇਨਫੋਰਮੇਸ਼ਨ ਆਈ ਸੀ ਉਹਦੇ ਆਧਾਰ 'ਤੇ ਅਤੇ ਇਸ ਕਰਕੇ ਉੱਥੇ ਪੁਲਿਸ ਨੇ ਜਾ ਕੇ ਰੇਡ ਕੀਤਾ ਰੇਡ ਕਰਨ ਤੋਂ ਬਾਅਦ ਦੋਸ਼ੀ ਭੱਜ ਗਿਆ ਮੌਕੇ ਤੋਂ। ਲੜਕੀ ਠੀਕ ਹੈ ਜੀ ਹਾਲਾਤ ਨੇ ਮਤਲਬ ਰੱਖੀ ਤਾਂ ਥੋੜ੍ਹਾ ਟੋਰਚਰ ਕਰਕੇ ਹੀ ਆ ਠੀਕ ਆ ਮੈਡੀਕਲ ਉਹਦਾ ਕਰਵਾ ਰਹੇ ਹਾਂ ਕਾਨੂੰਨੀ ਜੋ ਐੱਫ ਆਈ ਆਰ ਅਤੇ ਲੋਅ ਸੀਗੀ ਉਹਦੇ 'ਚ ਸੈਕਸ਼ਨ ਆ 376 ਦਾ ਜਿਹੜਾ ਵਾਅਦਾ ਕਰ ਦਿੱਤਾ ਗਿਆ ਨਹੀਂ ਉਹ ਭਗੌੜਾ ਗਿਆ ਹਾਂ ਹਾਂ ਪੁਲਿਸ ਲੱਗੀ ਹੋਈ ਆ ਤਾਂ ਉਹ ਗਗਨ ਦੀ ਮਾਸੀ ਲੱਗਦੀ ਸੀ ਲੜਕੀ ਨੂੰ ਉੱਥੇ ਇਹਨਾਂ ਨੇ ਬੰਦ ਕਰਕੇ ਹੀ ਰੱਖਿਆ ਹੋਇਆ ਸੀ ਅਤੇ ਉਸ ਮਤਲਬ ਮੂੰਹਾਂ ਅਤੇ ਹੱਥ ਹੱਥ ਰੱਖਿਆ ਹੋਇਆ ਸੀ ਉਹਨੇ ਸੁਖਵਿੰਦਰ ਕੌਰ ਨੇ ਜਦੋਂ ਰੱਖਿਆ ਗਿਆ ਰੌਲਾ ਪਾਉਂਦੀ ਸੀ ਨਾ।